ਹਾਂਜੀ, ਇਹ ਸਾਨੂੰ ਸੂਚਨਾ ਮਿਲੀ ਸੀ ਕਿ ਦੋ ਲੜਕੀਆਂ ਜੋ ਵਾਰਡ ਨੰਬਰ 9 ਚੋਂ ਲਹਿਰੇ ਤੋਂ ਆਪਣੇ ਸਕੂਲ 'ਚ ਗਈਆਂ ਸੀਗੀਆਂ, ਅਤੇ ਜਿਨ੍ਹਾਂ ਦੀ ਉਮਰ 14 ਅਤੇ 15 ਸਾਲ ਦੇ ਵਿੱਚ ਹੈ, ਅਤੇ ਉਹ ਸਕੂਲ ਨਹੀਂ ਗਈਆਂ ਅਤੇ ਵਾਪਸ ਘਰ ਵੀ ਨਹੀਂ ਆਈਆਂ। ਨਹੀਂ, ਸਕੀਆਂ ਭੈਣਾਂ ਨਹੀਂ ਸੀਗੀਆਂ ਜੀ, ਇੱਕੋ ਵਾਰਡ ਦੀਆਂ ਸੀਗੀਆਂ, ਇਹ 9 ਨੰਬਰ ਵਾਰਡ ਦੀਆਂ, ਅਤੇ ਆਪਸ ਸਹੇਲੀਆਂ ਸੀਗੀਆਂ। ਅਤੇ ਇਹਨਾਂ ਦੇ ਸੰਬੰਧ 'ਚ ਅਸੀਂ ਐਫ ਆਈ ਆਰ ਦਰਜ ਕਰ ਲਈ ਹੈ ਕੱਲ੍ਹ, ਅਤੇ ਉਹਨਾਂ ਦੀ ਅਸੀਂ ਤਲਾਸ਼ ਕਰ ਰਹੇ ਹਾਂਗੇ। ਅਤੇ ਇਹਨਾਂ ਉਹਨਾਂ ਨੇ ਚੰਡੀਗੜ੍ਹ ਜਾ ਕੇ ਕਿਸੇ ਨੂੰ ਲਹਿਰੇ ਫੋਨ ਵੀ ਕੀਤਾ ਸੀਗਾ, ਅਸੀਂ ਉਹਨਾਂ ਤੋਂ ਪੁੱਛਗਿੱਛ ਕੀਤੀ ਆ, ਤਾਂ ਉੱਥੋਂ ਫੋਨ ਆਇਆ ਸੀ, ਉਹ ਵੀ ਅਸੀਂ ਲੋਕੇਸ਼ਨ ਕਢਾਈ ਸੀ ਚੰਡੀਗੜ੍ਹ 43 ਸੈਕਟਰ ਬੱਸ ਸਟੈਂਡ ਦੀ ਆਉਂਦੀ ਸੀ, ਅਤੇ ਜਿਹਦਾ ਨੰਬਰ ਸੀ ਉਹ ਕੋਈ ਰਾਹਗੀਰ ਸੀਗਾ ਉੱਥੇ ਪੰਚਕੂਲੇ ਰਹਿਣ ਵਾਲਾ, ਉਹਨੂੰ ਵੀ ਪੁੱਛਗਿੱਛ ਕੀਤੀ ਹੈ, ਉਹ ਕਹਿੰਦਾ ਵੀ ਦੋ ਲੜਕੀਆਂ ਸੀ, ਉਹਨਾਂ 'ਚ ਮੈਥੋਂ ਫੋਨ ਲੈ ਕੇ ਫੋਨ ਕੀਤਾ ਸੀਗਾ, ਅਤੇ ਅਸੀਂ ਟੀਮਾਂ ਭੇਜੀਆਂ ਹੋਈਆਂ ਨੇ, ਜਲਦੀ ਬੱਚਿਆਂ ਨੂੰ ਅਸੀਂ ਟਰੇਸ ਕਰ ਲਵਾਂਗੇ, ਉਹਨਾਂ ਦੇ ਵਾਰਸਾਂ ਦੇ ਹਵਾਲੇ ਕਰ ਦਾਂਗੇ ਲੱਭ ਕੇ। ਨਹੀਂ, ਪਰਿਵਾਰ ਨੇ ਅਜੇ ਕੋਈ ਗੱਲ ਨਹੀਂ ਦੱਸੀ, ਕਿਉਂਕਿ ਬੱਚੀਆਂ 14-15 ਸਾਲ ਦੀਆਂ ਨੇ, ਕੋਈ ਅਜੇ ਕੋਈ ਇੱਦਾਂ ਦਾ ਕੋਈ ਹੋਰ ਇਸ਼ੂ ਵੀ ਨਹੀਂ ਅਜੇ ਲੱਗ ਰਿਹਾ। ਬਾਕੀ ਫਿਰ ਵੀ ਚਲੋ ਅਸੀਂ ਕੋਸ਼ਿਸ਼ 'ਤੇ ਲੱਗੇ ਹੋਏ ਹਾਂ, ਅਤੇ ਸਾਰੇ ਪਹਿਲੂਆਂ ਤੋਂ ਅਸੀਂ ਜਾਂਚ ਕਰ ਰਹੇ ਹਾਂ, ਅਸੀਂ ਜਲਦੀ ਟਰੇਸ ਕਰ ਲਵਾਂਗੇ।